ਅਸਿਸਟੈਂਟ ਦੀ ਮਸ਼ੀਨ ਹੈ ਨਾ, ਇਹਦਾ ਮੁਸ਼ਕਲ ਹੈ ਵੇ ਕਿ ਇਹ ਆਵਾਜ਼ ਕਰਦੀ ਹੈ। ਠੀਕ ਹੈ, ਇਹਦਾ ਅਸੀਂ ਵੇਖੋ ਡਰੰਮ ਲਿਆ ਕੱਢ, ਠੀਕ ਹੈ, ਅਤੇ ਇਹ ਤੁਹਾਨੂੰ ਵਿਖਾਉਂਦੇ ਹਾਂ ਡਰੰਮ ਕਿ ਉਹਦਾ ਕਿਸ ਤਰ੍ਹਾਂ ਚੈੱਕ ਕਰ, ਇੱਧਰ ਬੈਰੰਗ ਕਿਉਂ ਆਵਾਜ਼ ਕਰਨ ਦੇ। ਆ ਜਾਓ ਲਾਲ ਜੀ, ਇਹ ਵੇਖੋ ਇਹਨੂੰ ਨਾ ਇਸ ਤਰ੍ਹਾਂ ਘੁਮਾ ਕੇ ਚੈੱਕ ਕਰ, ਠੀਕ ਹੈ, ਇਹ ਤੁਹਾਡੇ ਸਾਹਮਣੇ ਹੀ ਹੈ। ਅਤੇ ਇਹ ਅਰਿਸਟਾਂ ਦੀ ਮਸ਼ੀਨ, ਅਰਿਸਟਾਂ ਦੀ ਮਸ਼ੀਨ ਨੂੰ ਜਿਹੜਾ ਨਾ ਇੱਥੇ ਇਹ ਵੇਖੋ ਦੂਸਰੀਆਂ ਵਾਸ਼ਿੰਗ ਮਸ਼ੀਨ ਨੂੰ ਇੱਥੇ ਨਾ ਪੇਚ ਹੁੰਦੇ, ਨਟ ਬੋਲਟ ਕੀਤੀ ਹੁੰਦੀ ਨੇ, ਠੀਕ ਹੈ, ਲੇਕਿਨ ਇਹ ਵਹਿਦ ਰਜਿਸਟਰ ਦੀ ਮਸ਼ੀਨ ਹੈ, ਇਹਨੂੰ ਨਟ ਬੋਲਟ ਨਹੀਂ ਹੁੰਦਾ, ਇਹਨੂੰ ਪ੍ਰੈਸ ਕੀਤਾ ਹੁੰਦਾ ਨੇ, ਅਤੇ ਇਹ ਖੁੱਲ੍ਹਦੀ ਬੜੀ ਔਖੀ ਹੈ। ਠੀਕ ਹੈ, ਅਸੀਂ ਫਿਰ ਕਸਟਮਰ ਦੀ ਸਹੂਲਤ ਵਾਸਤੇ ਨਵਾਂ ਹੈ ਬਹੁਤ ਜ਼ਿਆਦਾ ਮਹਿੰਗਾ, ਠੀਕ ਹੈ, ਨਵਾਂ ਮਹਿੰਗਾ ਲੱਭਦਾ ਹੈ, ਅਤੇ ਅਸੀਂ ਇਹਨੂੰ ਰਿਪੇਅਰ ਕਰਨ ਵਾਸਤੇ ਜ਼ਰਾ ਕੀਮਤ ਘੱਟ ਹੋ ਜਾਂਦੀ ਹੈ, ਅਤੇ ਗਾਹਕ ਵੀ ਖੁਸ਼ ਹੋ ਜਾਂਦਾ ਇੰਨੇ 'ਚ। ਠੀਕ ਹੈ, ਅਸੀਂ ਉਸ ਤੋਂ ਬਾਅਦ ਜਿਹੜਾ ਨਾ ਇਹਨੂੰ ਕੀ ਕਰਨੇ ਆ, ਤਰੀਕਾ ਘਰ ਹੈ ਵੇ ਡਰੰਮ ਨੂੰ ਖੋਲ੍ਹਣ ਦਾ। ਇਹ ਵੇਖੋ ਇਹ ਸੀਲ ਲੱਗੀ ਹੈ ਨਾ ਇਹਦੀ, ਇਹਦੇ ਵਿਚਕਾਰੋਂ ਰੱਖ ਕੇ ਨਾ ਇਸ ਤਰ੍ਹਾਂ ਆਰੀ ਬਲੇਡ ਲੈ ਲਓ ਜਾਂ ਕੱਟਰ ਬਲੇਡ ਲੈ ਲਓ, ਉਹਦੇ ਨਾਲ ਕੱਟ ਕੇ ਨਾ ਸਾਰਾ ਗੁਲਾਈ ਦੇ ਵਿੱਚ, ਮਿਹਨਤ ਤਾਂ ਆਵੇ ਲੇਕਿਨ ਇਹ ਕੰਮ ਟੈਕਨੀਕ ਨਾਲ ਕੀਤਾ ਤਾਂ ਬਹੁਤ ਅੱਛਾ ਮਜ਼ਬੂਤ ਹੋ ਜਾਂਦਾ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਨਾ ਇਹਨਾਂ ਨੂੰ ਆਪਸ 'ਚ ਜੋੜ ਕੇ ਗਰਾ ਲਾ ਕੇ ਇਹਦੇ 'ਚ ਸਿਲੀਕੋਨ ਭਰ ਕੇ ਜਾਂ ਕੋਈ ਮੈਜਿਕ ਵਗੈਰਾ ਭਰ ਕੇ ਨਾ ਉਸ ਤੋਂ ਬਾਅਦ ਇਹਨੂੰ ਨਟ ਬੋਲਟ ਕਰ ਦੇਈਦਾ। ਉਸ ਤੋਂ ਬਾਅਦ ਜਨਾਬ ਉਸ ਤੋਂ ਬਾਅਦ ਆਉਂਦੀ ਹੈ ਵਾਰੀ ਫਿੱਟ ਦੀ, ਵਾਪਸੀ ਫਿੱਟ ਕਰਕੇ ਟਰਾਈ ਕਰੀਦੀ, ਅਲਹਮਦੁਲਿਲਾ ਬਹੁਤ ਅੱਛਾ ਹੋ ਜਾਂਦਾ, ਬੈਰੰਗ ਸੀਲ ਇਹ ਸਾਰਾ ਕੁਝ ਚੇਂਜ ਕਰ ਦੇਈਦਾ। ਅਤੇ ਇਹ ਕੱਟਣ ਦਾ ਤਰੀਕਾ ਵੀ ਤੁਹਾਨੂੰ ਪੂਰਾ ਦੱਸ ਰਿਹਾ ਇਨਸ਼ਾਅੱਲਾ, ਤੁਹਾਡੇ ਸਾਹਮਣੇ ਇਨਸ਼ਾਅੱਲਾ ਕੱਟਾਂਗੇ। ਠੀਕ ਹੈ, ਹਾਂ, ਕੱਟ ਕੇ ਨਾ ਦੁਬਾਰਾ ਫਿਟਿੰਗ ਵਗੈਰਾ ਵਿਖਾਵਾਂਗੇ, ਬੈਰੰਗ ਦੀ ਫਿਟਿੰਗ ਕਿਸ ਤਰ੍ਹਾਂ ਹੁੰਦੀ ਹੈ। ਠੀਕ ਹੈ, ਇਹ ਤੁਹਾਨੂੰ ਕੱਟ ਕੇ ਸਾਰਾ ਲਾਈਵ ਵੀ ਤੁਹਾਨੂੰ ਵਿਖਾਉਂਦੇ ਹਾਂ ਇਨਸ਼ਾਅੱਲਾ, ਟੈਨਸ਼ਨ ਨਹੀਂ ਲੈਣੀ। ਉਸ ਤੋਂ ਬਾਅਦ ਬੈਰੰਗ ਫਿਰ ਕੱਟਾਂਗੇ, ਲਾ ਲਿਆ ਕੱਟਣ। ਚਲੋ ਜੀ ਕੱਟੋ, ਲਾ ਲਿਓ ਤੁਹਾਨੂੰ ਜਿਹੜਾ ਨਾ ਕਟਾਈ ਅਤੇ ਵਿਖਾਉਂਦੇ ਹਾਂ ਕਿ ਪ੍ਰੋਸੈਸ ਕਰੀਦਾ ਇਹਦੇ ਨਾਲ ਡਰੰਮ ਦੇ ਨਾਲ, ਇਨਸ਼ਾਅੱਲਾ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਵੇਗੀ ਰਿਪੇਅਰਿੰਗ ਅਤੇ ਕਿਸ ਤਰ੍ਹਾਂ ਰਿਪੇਅਰ ਕਰੀਦਾ ਡਰੰਮ ਨੂੰ। ਉਸਤਾਦ ਹੁਣ ਲੱਗੇ ਨੇ ਕੱਟਣ ਵਾਸਤੇ, ਵੇਖਿਆ ਆਰੀ ਬਹੁਤ ਜ਼ੋਰ ਨਾਲ ਚੱਲਣਗੇ, ਚਲਾ ਦਿਓ ਇਨਸ਼ਾਅੱਲਾ ਤੁਹਾਨੂੰ ਇੰਨਾ ਟਾਈਮ ਨਹੀਂ ਲੈਂਦੀ ਕਿਉਂਕਿ ਬਹੁਤ ਆਸਾਨੀ ਨਾਲ ਕੱਟ ਕਰਦਾ ਹੈ। ਠੀਕ ਹੈ, ਇਹਨੂੰ ਨਾਲ ਦੇ ਨਾਲ ਘੁਮਾਈ ਜਾਣਾ ਹੈ, ਅਤੇ ਜਿਹੜਾ ਬਲੇਡ ਹੈ ਨਾ ਉਹ ਤਾਂ ਥੱਲੇ ਨਹੀਂ ਲੰਘਾਉਣਾ ਕਿਉਂਕਿ ਥੱਲੇ ਡਰੰਮ ਹੈਗਾ, ਡਰੰਮ ਨੂੰ ਵੀ ਨੁਕਸਾਨ ਆ ਸਕਦਾ। ਠੀਕ ਹੈ, ਜ਼ਿਆਦਾ ਜਿਹੜਾ ਨਾ ਦਰਮਿਆਨਾ ਜਿਹਾ ਰੱਖ ਕੇ ਬਲੇਡ ਅੰਦਰ ਜਾਏ, ਨਾਲ ਹੀ ਉਹਦਾ ਥੋੜ੍ਹਾ ਜਿਹਾ ਰੁੱਖ ਚੇਂਜ ਕਰ ਦਿਓ। ਠੀਕ ਹੈ, ਬਹੁਤ ਛੇਤੀ ਕੱਟ ਚੱਲੇਗਾ। ਉਸਤਾਦ ਉਹਨਾਂ ਨੂੰ ਨਾਸ਼ਤਾ ਤਗੜਾ ਕਰਾਏ ਆ, ਦੋ ਆਂਡੇ ਦੀਆਂ ਸਮੂਲੀਆਂ ਖਾ ਗਏ ਨੇ ਅਤੇ ਇੱਕ ਦੋ ਕੱਪ ਚਾਹ ਦਾ ਚਕਾ ਗਏ। ਘੁਮਾਓ ਜ਼ਰਾ ਇਹਨੂੰ, ਘੁਮਾਓ ਥੋੜ੍ਹਾ ਜਿਹਾ ਉੱਤੇ, ਜਿਹੜਾ ਨਾ ਬਹੁਤ ਆਸਾਨੀ ਨਾਲ ਕੱਟੀ ਜਾਂਦੀ ਹੈ। ਥੱਲੜੇ ਦੀ ਬੁੱਢੀ ਗੜ ਛੜਨ ਦੀ ਇਸ ਤਰ੍ਹਾਂ ਭਾਈ ਜੀ ਦੋਵਾਂ ਝਰੀਆਂ ਦੇ ਦਰਮਿਆਨ ਨਾ ਆਰੀ ਚਲਾਈ ਜਾਣੀ ਹੈ ਅਤੇ ਆਰੀ ਬਹੁਤੀ ਥੱਲੇ ਨਹੀਂ ਜਾਣੀ ਚਾਹੀਦੀ। ਠੀਕ ਹੈ, ਕਿਉਂਕਿ ਬਿਲਕੁਲ ਤੁਹਾਨੂੰ ਲੇਵਲ 'ਚ ਕੱਟਦੀ ਨਜ਼ਰ ਆਏਗੀ। ਠੀਕ ਹੈ, ਉਸਤਾਦ ਹੋਣੀ ਬਹੁਤ ਤਜਰਬਾ ਰੱਖਦੇ ਨੇ ਕਟਾਈ ਦੇ ਵਿੱਚ ਭਾਈ ਜੀ।
कटाई के दरमियान जरा ना थोड़ा एहतियात करनी है इन्ह पॉइंटा ने। देखो इतने भी एयर ब्लू का जरा ना स्विच हों सिस्टम है, देखो डब्बी नुमा बनी है, ठीक है, एयर प्रेशर वास्ते, ठीक है, ये इस एरिए आकर थोड़ी जी एहतियात करनी है कटाई के दौरान, ठीक है, लेवल बिल्कुल तुहाडा परफेक्ट होना चाहिए, तो ये एयर ब्लू के पॉइंट जरा नुकसान नहीं पहुँचना चाहिए। लेवल रखे जल है मसला चाचा तू छोड़ क्योंकि बहुत ही एहतियात करनी पैंदी है इत्थे उस्ताद होनी लगे ने बहुत एहतियात दे नाल। अच्छा एदी तेरे ना तरतीब थोड़ी थोड़ी जो तंग करन लगे या आउट बैलेंस होवे ना एदी घुमा दई दी है, ठीक है, नवी थां ते रख के ना ते ओदे लेवल नू थोड़ा सैटअप कर दई दा, ठीक है, वेखो उस्ताद लगे ने ना ਇਹਦੀ ਸੈਟਅਪ ਉੱਥੇ ਥੋੜ੍ਹਾ ਜਿਹਾ ਗਲਤ ਹੋਇਆ, ਉਸ ਤੋਂ ਬਾਅਦ ਫਿਰ ਜਿਹੜਾ ਨਾ ਇਹਦਾ ਰੂਖ ਹੀ ਚੇਂਜ ਕਰ ਦਿੱਤਾ ਰਿਹਾ, ਠੀਕ ਹੈ, ਇੱਥੇ ਹੁਣ ਲੇਵਲ ਜ਼ਰਾ ਮਿਜ਼ਾਨੀਆਂ ਆਤਾ ਆਊਟ ਮਾਊਟ ਹੁੰਦਾ ਨਾ ਉਹ ਫਿਰ ਦੂਸਰੇ ਤਰੀਕੇ ਨਾਲ ਕਰ ਸੜੀਦਾ ਥੋੜ੍ਹਾ ਬਹੁਤ। जगह यही है, है मेन जगह यही है, बस औखी थोड़ा जिना इतने औखा होता बंदा क्योंकि कटती है सारे नाल ही, क्योंकि प्लास्टिक है ना ना हूँ, ठीक है, चल ठीक है, जरा थोड़ी जगह औखी है ना, प्रेशर पॉइंट है तो उ थोड़ा एहतियात नाल कटनी पैंदी है। चलो जी तकरीबन ड्रम नेड़े लग गए, इंशाल्लाह कटना ना लग गया। ला लियो वेखो ड्रम हूँ इस टाइम फाइनल कट चुके हैं, इंशाल्लाह खोलो जी उस्ताद जी वेखो एयर प्रेशर की जगह हैगी इथो थोड़ा एहतियात नाल चुकना ड्रम थोड़ा जिना बाकी है बहुत ही सफाई नाल कटिया गया, देखा जे कड्डो जी ड्रम ड्रम थले रख के मारना मैं पुली पुली लहा लो ना पुली लहा के ते नाल ही इधरों हर चीज ने सट के रानी है नाल ही ड्रम बाहर निकल जाना।
लो जनाब यह पिछला बैरंग जी ये पिछला बैरंग सील हैगी है ठीक है एल सील कहने ये बैक साइड से भी एक बैरंग है वो टूटे है परेशान हो जाता है बैरंग कट के विखाने बैरंग कढ़न लो जनाब पहले सील कड़ी दी है ठीक है उस तो बाद जनाब जो है ना ठीक है सील कड़ दी थी उस्ताद ने हुण पाओ इनू दूसरे साइड पे कारीगर माशाला तगड़े ने है उस्ताद हो बैरंग तुहानू कट के दिखाने हुण तो साठी दो जो ठीक है जनाब फ्रंट का बैरंग निकल गया फ्रंट का बैरंग जो है बैक साइड वाले थोड़ा औखा निकलता है लेकिन निकल आता है छोटा बैरंग जो बैक साइड से होंगे वाला बैरंग जो फ्रंट से होंगे अंदर की साइड दूसरी साइड का बैरंग भी उस्ताद ने जरा कट छड़िया वापसी विखाने जरा सफाई सफुई कर लीए ना फिर वापसी तुम चेक कराने ए लो ला दो यह जे उत्ते वाला बैरंग भाई जी पहले इन इस तरह रख के ना तो उस्ताद जो ना ठोको ला दो ठोको माशा जनाब वापसी जो बैरंग ठोकना ज़्यादा लगा बहुत तरीके नाल चोकना है हर पास ना लेवल ना बैरंग नू वेच वाले घर ते सट बिल्कुल नहीं मार आवाज कर जाएगा बैरंग उस्ताद बहुत समझदार है बाहरले किनारे ते रख के ना हल्के हल्के सट मारदा ज़्यादा इस तरह करके थोड़ा टाइम तो लग जाता बैरंग से लेकिन ऐ वे कि फिर थोड़ा बैरंग आवाज नहीं करन लगा मार ले किनारे ते मार के ना उस्ताद होनी बोल सफाई कर रहे हैं
ਬਹਿਰਾਂ ਤੁਹਾਨੂੰ ਫੁੱਲ ਬੱਟਾ ਫੁੱਲ ਪਾ ਕੇ ਵਿਖਾਉਂਦੇ ਹਾਂ। ਸੀਲ ਰੱਖ ਕੇ ਚੈੱਕ ਕਰ ਲੈਣੇ ਤਾਂ ਜਿਹੜਾ ਨਾ ਠੀਕ ਹੋ ਗਿਆ ਬੱਲੇ ਤੁਸੀਂ ਉੱਤੋਂ ਨਾਲ ਸੀਲ ਠੋਕ ਦੇਣੀ ਹੈ। ਠੀਕ ਹੈ, ਸੀਲ ਠੋਕ ਕੇ ਅਤੇ ਥੋੜ੍ਹਾ ਥੋੜ੍ਹਾ ਜਿਹੜਾ ਨਾ ਬਾਅਦ ਇਹਨੂੰ ਜਿਹੜਾ ਨਾ ਮੈਜਿਕ ਪਾ ਸਕਦੇ ਉੱਤੇ ਸਿਲੀਕੋਨ ਲਾ ਦੇਣੀ ਹੈ ਤਾਂ ਕਿ ਸਾਈਡਾਂ 'ਚੋਂ ਜਿਹੜਾ ਨਾ ਇਹਨੂੰ ਕੋਈ ਛੋਟੀ ਮੋਟੀ ਲੀਕ ਸ਼ੇਕ ਪਾਣੀ ਨਾ ਜਾਏ ਬਾਹਰ। ਠੀਕ ਹੈ, ਇਸ ਤਰ੍ਹਾਂ ਖੋਜ ਕੇ ਸਫਾਈ ਕਰਕੇ ਨਾ ਚਿਕਨ ਵਗੈਰਾ ਨਾਲ ਛੁਰੀ ਦੇ ਨਾਲ ਨਾ ਸਫਾਈ ਕਰਕੇ ਸੀਲ ਵੀ ਪਾ ਸੜੀਏ ਬੈਰੰਗ ਤੋਂ ਬਾਅਦ। ਪਹਿਲੇ ਬੈਰੰਗ ਪਾਉਣੇ ਬਾਅਦ ਸੀਲ। ਚਲੋ ਜੀ, ਇਹ ਬੈਰੰਗ ਮੁਕੰਮਲ ਹੋ ਗਿਆ ਸੀਲ ਵੀ। ਹੁਣ ਤੁਹਾਨੂੰ ਦੂਸਰੀ ਸਾਈਡ ਦਾ ਬੈਰੰਗ ਪਾ ਕੇ ਵਿਖਾਉਂਦੇ ਹਾਂ। ਉਹ ਸਾਈਡ ਛੋਟਾ ਬੈਰੰਗ ਆਉਣਾ, ਅੰਦਰਲੀ ਸਾਈਡ ਵੱਡਾ ਬੈਰੰਗ ਆਉਣਾ। ਠੀਕ ਹੈ, ਉਸ ਤੋਂ ਬਾਅਦ ਇਸ ਸਾਈਡ ਦਾ ਬੈਰੰਗ ਪਾਉਣਾ। ਬਾਹਰਲੇ ਕਿਨਾਰੇ 'ਤੇ ਸੱਟ ਮਾਰਨੀ ਹੈ ਤਾਂ ਕਿ ਜਿਹੜਾ ਨਾ ਬੈਰੰਗ ਸਹੀ ਤਰੀਕੇ ਨਾਲ ਪੈ ਜਾਵੇ। ਬੈਰੰਗ ਤਕਰੀਬਨ ਬਹਿ ਗਿਆ, ਬਿਲਕੁਲ ਲੈਵਲ 'ਚ ਸੱਟ ਮਾਰੀ ਗਈ ਇਹਨੂੰ ਥੋੜ੍ਹਾ ਜਿਹਾ ਜਿਹੜਾ। ਠੀਕ ਹੈ ਜਿਹੜਾ ਇਹ ਤੁਹਾਡਾ ਦੂਸਰਾ ਬੈਰੰਗ ਬਹਿ ਗਿਆ। ਬਸ ਕਰੋ ਬਹਿ ਗਿਆ, ਇਹ ਦੂਸਰਾ ਬੈਰੰਗ ਵੀ ਬਹਿ ਗਿਆ ਇਹਦਾ। ਹੁਣ ਹੋਲਡ ਕਰੋ ਜਨਾਬ, ਇਸ ਤਰ੍ਹਾਂ ਕਰਕੇ ਨਾ ਇਹਨੂੰ ਸਿਲੀਕੋਨ ਲਾ ਦੇਣੀ ਹੈ। ਸਿਲੀਕੋਨ ਸੀਲ ਦੇ ਸਾਈਡਾਂ 'ਤੇ ਜਾਣ ਸਿਲੀਕੋਨ ਲਾ ਦੇਣੀ ਹੈ, ਜਿਹਦੀ ਰਹਿੰਦੀ ਸਹਿੰਦੀ ਕਸਰ ਵੀ ਲੀਕੇਜ ਦੀ ਪੂਰੀ ਹੋ ਜਾਏਗੀ, ਕਵਰ ਹੋ ਜਾਏਗੀ ਲੀਕੇਜ। ਇਸ ਤਰ੍ਹਾਂ ਕਰਕੇ ਬਾਅਦ ਵਿੱਚ ਅੰਗਲ ਦੇ ਨਾਲ ਨਾ ਸਾਈਡਾਂ ਨੂੰ ਮਸਲ ਦੇਣਾ ਤਾਂ ਕਿ ਜਿਹੜਾ ਨਾ ਕੋਈ ਵੀ ਖਦਸ਼ਾ ਨਾ ਰਹੇ ਲੀਕ ਆਉਣ ਦਾ। ਠੀਕ ਹੈ ਜਨਾਬ, ਇਸ ਤੋਂ ਬਾਅਦ ਜਿਹੜਾ ਨਾ ਇਹ ਖੁਸ਼ਕ ਹੋ ਜਾਵੇ ਥੋੜ੍ਹੀ ਦੇਰ, ਉਸ ਤੋਂ ਬਾਅਦ ਤੁਹਾਨੂੰ ਫਿਰ ਅਗਲਾ ਮਰਹਲਾ ਵਿਖਾਉਂਦੇ ਹਾਂ ਟੱਬ ਦਾ। ਠੀਕ ਹੈ, ਹੈਲੋ ਜਨਾਬ, ਇਹਨੂੰ ਇਸ ਤਰ੍ਹਾਂ ਬਿਠਾ ਕੇ ਨਾ ਵਾਪਸੀ ਵਿੱਚ ਫਿੱਟ ਕਰਕੇ ਅਤੇ ਹਰ ਪਾਸੇ ਧਿਆਨ ਰੱਖਣਾ ਇਹਦਾ। ਉਸ ਤੋਂ ਬਾਅਦ ਜਨਾਬ ਉਸਤਾਦ ਜੀ ਦੱਸਣਾ ਤੁਹਾਨੂੰ। ਅੱਛਾ, ਬਾਅਦ ਜਨਾਬ ਸਿਲੀਕੋਨ ਦਾ ਲਾਉਣਾ ਸ਼ੁਰੂ ਕਰਨਾ ਜਿੱਥੇ ਕਟਾਈ ਹੋਈ ਹੈ ਨਾ, ਅੱਛੇ ਤਰੀਕੇ ਨਾਲ ਜਨਾਬ ਸਿਲੀਕੋਨ ਭਾਰ ਛੱਡਣੀ ਹੈ। ਇਹ ਤੁਹਾਨੂੰ ਲਾਉਣੇ ਵਿਖਾਉਂਦੇ ਹਾਂ, ਸਾਰੇ ਪਾਸੇ ਸਿਲੀਕੋਨ ਭਾਰ ਛੱਡਣੀ ਹੈ, ਡਰੰਮ ਵਿੱਚ ਫਿੱਟ ਕਰਕੇ ਉਹਨੂੰ ਬੈਰੰਗਾਂ ਨੂੰ ਬਿਠਾ ਕੇ ਉਸ ਤੋਂ ਬਾਅਦ ਸਿਲੀਕੋਨ ਭਾਰ ਛੱਡਣੀ। ਕੱਟੋ ਤੁਸੀਂ ਵੀ ਕੋਣ ਕੱਟੀ।
लग गई है बड़ी हो गई सिलिकॉन कटने की बाद ड्रम हूँ उतला हिस्सा दो ड्रामे जनाब सिलिकॉन मुकम्मल हो गई हर पास गुलाई उतला हिस्सा जी इन जिथे जिथे निशान किए होंगे ना उस तो बाद और सामने रख के ना निशान वेखना इतने आना निशान निशान पा सकना ठीक है बिल्कुल हर पास ध्यान रख के रूह तो फिर थोड़ा थोड़ा दबा देना ताकि सिलिकॉन प्रेस हो जाए थोड़ी थोड़ी बाहर निकल आनी चाहिए जनाब लागे सामने जाके लाओगे ना ताकि टब जेड़ा ना लेवल दे विच सेट होके बह जाएगा लाओ जी लाओ करो बिस्मिल्लाह थोड़ा अंदर करना चलो जी चलो हुण वक्फे वक्फे दे ना तकरीबन जेड़ा ना 15 तो 20 सेंटी दे दरमियान जेड़ा ना लाई जाने ना पहले आमने सामने हर पास मार सड़ने हर पासों बिल्कुल फिर मसमार ला के नट ला के अंदर अंदर लाओ इन मजबूत है थोड़े थोड़े वक्फे थे नट लाई जाने इस तरह गल रखे ना जना ला दी लाज हो यही जगह तो लीक हो जाती ना इतनी ला दी ठीक है इतनी ला चुक ले आ सकते हैं ठीक है ठीक है ठीक है लोग आज में बहुत ज़्यादा थोड़े हाँ हो गया नहीं सही पड़ेगा मजबूत
लो जनाब भाई जी नट तकरीबन लग गए ने सारे पासों सिलिकोन दे ध्यान मार लेना जिहड़ी बाहर निकल आनी है ना उन्हों उंगली दे नाल प्रेस कर देना वापसी ताकि लीकेज दा जिहड़ा ना खदशा ना रहे सारे पासों। उस तो बाद जनाब दो चार घंटे देई दे ने सिलिकोन नू खुश्क होण वास्ते, उस तो बाद इहदे च थोड़ी देर पानी पा के ना छड़ देई दे ताकि लीकेज वगैरह चैक हो जाए इनशाला। दोबारा जिहड़े ना तुहानू उस तो अगे की प्रोसैस जो दूसरी वीडियो तुम्हें विखावे इंशाल्लाह।